ਹਾਂਜੀ ਪਿਆਰੇ ਵਿਦਿਆਰਥੀਓ ਡਾਕਟਰ ਅੰਬੇਦਕਰ ਪੋਰਟਲ ਦੇ ਤਹਿਤ ਮੈਂ ਵੀਡੀਓ ਦਾ ਜਿਹੜਾ ਸੈਕੰਡ ਪਾਰਟ ਹੈ ਉਹ ਅੱਜ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ ਪਹਿਲੇ ਪਾਰਟ ਦੇ ਵਿੱਚ ਆਪਾਂ ਸਾਰਿਆਂ ਨੇ ਦੇਖਿਆ ਕਿ ਤੁਸੀਂ ਡਾਕਟਰ ਅੰਬੇਦਕਰ ਪੋਰਟਲ ਤੇ ਐਸਸੀ ਬੀਸੀ ਸਕਾਲਰਸ਼ਿਪ ਦੇ ਲਈ ਆਪਣੇ ਆਪ ਨੂੰ ਕਿਸ ਤਰ੍ਹਾਂ ਰਜਿਸਟਰਡ ਕਰਵਾਉਣਾ ਹੈ ਤੇ ਆਪਣਾ ਯੂਜ਼ਰ ਆਈਡੀ ਤੇ ਪਾਸਵਰਡ ਜਿਹੜਾ ਤੁਸੀਂ ਕਿਸ ਤਰ੍ਹਾਂ ਜਨਰੇਟ ਕਰਨਾ ਸੀ ਉਹ ਤੁਸੀਂ ਸਿੱਖਿਆ ਤੇ ਅੱਜ ਆਪਾਂ ਐਪਲੀਕੇਸ਼ਨ ਫਾਰਮ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਯੂਜ਼ਰ ਆਈਡੀ ਤੇ ਪਾਸਵਰਡ ਦੇ ਨੀਤੇ ਲਿਖਿਆ ਕਲਿੱਕ ਹੇਅਰ ਫਾਰ ਲੌਗਇਨ ਤੇ ਜਿਦਾਂ ਹੀ ਤੁਸੀਂ ਇਹਦੇ ਤੇ ਕਲਿੱਕ ਕਰੋਗੇ ਤਾਂ ਆਪਾਂ ਵਾਪਿਸ ਹੁਣ ਆਪਾਂ ਵਾਪਿਸ ਆ ਗਏ ਉੱਥੇ ਲੌਗਇਨ ਤੇ 3 60 60 4 S ਵੱਡੀ H ਛੋਟੀ W U ਸਟਾਰ ਸਟਾਰ ਲੱਗਣਾ ਹੀ ਹੈ 3 5 ਠੀਕ ਹੈ ਇਹਨੂੰ ਯਾਦ ਰੱਖਣਾ ਥੱਲੇ ਫਿਰ ਕੈਪਚਾ ਆਏਗਾ ਇਹ ਤੰਗ ਕਰੇਗਾ ਵਾਰ-ਵਾਰ ਇਹਨੇ ਆਉਂਦੇ ਰਹਿਣਾ ਲੇਕਿਨ ਆਪਾਂ ਹਾਂ ਤਾਂ ਕਹਿ ਨਹੀਂ ਸਕਦੇ ਵੀ ਅਸੀਂ ਨਹੀਂ ਭਰਦੇ ਭਰਨਾ ਹੀ ਪੈਣਾ ਇਹ ਕੈਪੀਟਲ ਸੀ ਸੌਰੀ ਕੈਪੀਟਲ ਸੀ ਐਚ ਵੱਡੀ S C O 2 W 2 ਦਾ ਤ ਵਰ ਡੈਸ਼ ਓਟੇ ਦਾ ਚੱਕਰ ਨਹੀਂ ਕੋਈ ਆ ਦੇਖੋ ਹੁਣ ਆਪਾਂ ਲੌਗ ਇਨ ਹੋ ਗਏ ਦੇਖੋ ਤੁਹਾਡਾ ਜਿਹੜਾ ਡਾਟਾ ਪਹਿ ਸ਼ੁਰੂ ਚ ਭਰਿਆ ਸੀ ਉਹ ਡਾਟਾ ਇੱਥੇ ਆ ਚੁੱਕਾ ਹੈ ਠੀਕ ਹੈ ਇਹ ਸਮਝ ਲਓ ਆਪਾਂ ਜੇ ਮੈਂ ਸੇਵ ਕਰਨਾ ਚਾਹਾਂ ਮੈਨੂੰ ਸੇਵ ਕਰ ਸਕਦਾ ਤੁਸੀਂ ਵੀ ਕਰ ਲਿਓ ਜੇ ਆਪਦੇ ਫੋਨ 'ਚ ਕਰ ਰਹੇ ਹੋ ਤਾਂ ਵੈਸੇ ਤਾਂ ਡਾਟਾ ਕਿਹਾ ਜਾਂਦਾ ਵੀ ਸੇਵ ਕਰਕੇ ਨਹੀਂ ਰੱਖਣਾ ਚਾਹੀਦਾ ਯੂਜ਼ਰ ਆਈਡੀ ਪਾਸਵਰਡ ਇਹ ਆਪਣੀ ਆਪਣੀ ਸੋਚ ਹੈ ਇਹ ਤੁਸੀਂ ਮੈਂ ਨਹੀਂ ਤੁਹਾਨੂੰ ਕਹਿੰਦਾ ਵੀ ਇਹ ਮੰਡੇਟਰੀ ਹੈ ਜ਼ਰੂਰੀ ਹੈ ਲੇਕਿਨ ਤੁਸੀਂ ਇਹ ਕਰ ਸਕਦੇ ਹੋ ਤਾਂ ਮੈਂ ਇਹਨੂੰ ਕਰ ਲਿਆ ਸੇਵ ਕਰ ਲਿਆ ਤਾਂ ਕਿ ਮੈਨੂੰ ਦੁਬਾਰਾ ਜਿਹੜਾ ਉਹ ਦੇਖਣਾ ਅੱਗੇ ਤੁਸੀਂ ਹੁਣ ਕੀ ਕਰਨਾ ਐਨਾ ਕਿ ਤੁਹਾਡਾ ਜਿਹੜਾ ਡਾਟਾ ਸਟਾਰਟਿੰਗ ਤੁਸੀਂ ਭਰਿਆ ਉਹ ਚੈੱਕ ਕਰ ਲਓ ਵੀ ਤੁਹਾਡਾ ਠੀਕ ਹੈ ਤੁਸੀਂ ਰਜਿਸਟਰਡ ਹੋ ਚੁੱਕੇ ਹੋ ਫੋਨ ਨੰਬਰ ਮੇਰਾ ਐਸਸੀ ਸਟੂਡੈਂਟ ਸੀਗਾ ਸਾਰਾ ਸਿੱਖ ਸੀਗਾ ਗੁਰਲਾਲ ਐਮਐਲਟੀ ਆਪਾਂ ਭਰਿਆ ਸੀ ਤੁਸੀਂ ਜਾਣਦੇ ਹੋ ਇਹ ਸਾਰੀ ਡਿਟੇਲ ਤੁਹਾਡੀ ਆ ਗਈ ਅਗਲਾ ਸਟੈਪ ਤੁਸੀਂ ਕੀ ਕਰਨਾ ਆ ਸਾਰੇ ਕਾਲਮ ਦੇਖੋ ਧਿਆਨ ਨਾਲ ਖੱਬੇ ਹੱਥ ਫੋਟੋ ਹੈ ਨਹੀਂ ਤੁਹਾਡੀ ਕਿਉਂਕਿ ਲਾਈ ਨਹੀਂ ਹਜੇ ਆਪਾਂ ਲਾ ਸਕਦੇ ਆਪਾਂ ਰੀਫਰੈਸ਼ ਤੇ ਕਲਿੱਕ ਕਰਕੇ ਤੁਸੀਂ ਆਪਣੀ ਫੋਟੋ ਲਾ ਸਕਦੇ ਹੋ ਫੋਟੋ ਤੁਸੀਂ ਆਪਦੇ ਫੋਨ 'ਚ ਖਿੱਚ ਕੇ ਰੱਖਣੀ ਪਹਿਲੇ ਲੇਕਿਨ ਇੱਕ ਕਰੀ ਮੈਂ ਇਸ ਚੱਕਰ 'ਚ ਨਹੀਂ ਪਾਉਂਗਾ ਹੋਮ ਤੇ ਤੁਸੀਂ ਵਾਪਸ ਜਾ ਸਕਦੇ ਹੋ ਹੁਣ ਆਪਾਂ ਕਰਨਾ ਕੀ ਅਪਲਾਈ ਔਨਲਾਈਨ ਸਭ ਤੋਂ ਵੱਡਾ ਕੰਮ ਹਜੇ ਅਪਲਾਈ ਨਹੀਂ ਹੋਇਆ ਹਜੇ ਤਾਂ ਰਜਿਸਟਰਡ ਹੋਏ ਆਂ ਅਜੇ ਤਾਂ ਆਪਣੀ ਰਜਿਸਟ੍ਰੇਸ਼ਨ ਹੋਈ ਹੈ ਪੋਰਟਲ ਤੇ ਅਪਲਾਈ ਤਾਂ ਹਜੇ ਆਪਾਂ ਕਰਨਾ ਸਾਰਾ ਡਾਟਾ ਆਪਣੇ ਤੋਂ ਭਰਾਇਆ ਜਾਊਗਾ ਸੋ ਅਪਲਾਈ ਆਨਲਾਈਨ ਤੇ ਤੁਸੀਂ ਕਲਿੱਕ ਕਰਨਾ ਉਹ ਜਦੋਂ ਤੁਸੀਂ ਅਪਲਾਈ ਆਨਲਾਈਨ ਤੇ ਕਲਿੱਕ ਕਰੋਗੇ ਤਾਂ ਮੈਂ ਜ਼ਿਆਦਾ ਚੱਕਰ ਚ ਨਹੀਂ ਪਾਊਗਾ ਹੁਣ ਕਾਲਮ ਤੁਸੀਂ ਜਾਣਦੇ ਹੋ ਮੈਂ ਹੁਣ ਡਿਟੇਲ ਚ ਨਹੀਂ ਪਾਊਗਾ ਜਸਟ ਮੈਂ ਦੱਸਾਂਗਾ ਹੀ ਤੁਸੀਂ ਕੀ ਕੀ ਕਰਨਾ ਹੈ ਕੀ ਕੀ ਤੁਹਾਡੇ ਕੋਲ ਹੋਣਾ ਚਾਹੀਦਾ ਇੰਸਟੀਚਿਊਟ ਡਿਟੇਲ ਹੈ ਪੰਜਾਬ ਦਾ ਸਕਾਲਰਸ਼ਿਪ ਅਪਲਾਈ ਕਰੀ ਜੰਨੇ ਤਾਂ ਪੰਜਾਬ ਦਾ ਪਹਿਲੇ ਨੇਚਰਲੀ ਗੱਲ ਹੈ ਪਹਿਲੇ ਜ਼ਿਲ੍ਹਾ ਚੂਸ ਕਰਾਊਗਾ ਜ਼ਿਲ੍ਹਾ ਚੂਸ ਕਰਾ ਲਿਆ ਉਹਨੇ ਆਪਣੇ ਤੋਂ ਉਸ ਤੋਂ ਬਾਅਦ ਤਹਿਸੀਲ ਹੈ ਮੁਕਸਰ ਜ਼ਿਲ੍ਹਾ ਚੂਸ ਕੀਤਾ ਤਾਂ ਗਿੱਦੜਵਾ ਦਾ ਸਟੂਡੈਂਟ ਹੈਗਾ ਗਿੱਦੜਵਾ ਤਹਿਸੀਲ 'ਚ ਪੈਂਦਾ ਗਿੱਦੜਵਾ ਚੂਸ ਕਰੂਗਾ ਮਲੋੜ 'ਚ ਪੈਂਦਾ ਮਲੋੜ 'ਚ ਕਰੂਗਾ ਸ਼੍ਰੀ ਮੁਕਤੈਨ ਤਹਿਸੀਲ ਹੈਗੀਆਂ ਮੁਕਸਰ ਜ਼ਿਲ੍ਹੇ ਦੀਆਂ ਗਿੱਦੜਵਾ ਮਲੋੜ ਤੇ ਸ਼੍ਰੀ ਮੁਕਸਰ ਸਾਹਿਬ ਖੁਦ ਮੈਂ ਮਲੋੜ ਦਾ ਕਿਉਂਕਿ ਮਲੋੜ ਦਾ ਮੈਂ ਅਪਲਾਈ ਕਰ ਰਿਹਾ ਮਲੋੜ ਨੂੰ ਸਿਲੈਕਟ ਕਰਾਂਗਾ ਹੁਣ ਜੇ ਮਲੋੜ ਦੇ 'ਚ ਜਿਹੜੀਆਂ ਉਹ ਆਲਰੇਡੀ ਰਜਿਸਟਰਡ ਇੰਸਟੀਟਿਊਟ ਹੈ ਇਹ ਹਰ ਇੱਕ ਇੰਸਟੀਚਿਊਟ ਨੇ ਆਪਣੇ ਆਪ ਨੂੰ ਇਸ ਪੋਰਟਲ ਤੇ ਰਜਿਸਟਰਡ ਕਰਾਇਆ ਹੋਇਆ ਆ ਜਿਹੜੀਆਂ ਨਹੀਂ ਹੋਈਆਂ ਹੋਈਆਂ ਉਹ ਇਸ ਲਿਸਟ ਵਿੱਚ ਨਹੀਂ ਹੋਣਗੀਆਂ ਤਾਂ ਹੁਣ ਨੇਚਰਲੀ ਗੱਲ ਹੈ ਮੇਰੇ ਸਕੂਲ ਦਾ ਨਾਮ ਅਬਲਖੁਰਾਣਾ ਗਰਲ ਸਕੂਲ ਹੈ ਮੰਨ ਲਓ ਬੱਚੇ ਦਾ ਤਾਂ ਅਬਲਖੁਰਾਣਾ ਬॉयਜ਼ ਦਿੱਤਾ ਹੈ ਅਬਲਖੁਰਾਣਾ ਗਰਲ ਸਾਰੇ ਸਕੂਲ ਜਿਹੜੇ ਆ ਚੁੱਕੇ ਹੈ ਸਕੂਲ ਚੂਜ਼ ਕਰ ਲੈਣਾ ਤੁਸੀਂ ਉਸ ਤੋਂ ਬਾਅਦ ਸਕੀਮ ਡਿਟੇਲ ਹੈ ਕਿਹੜੀ ਸਕੀਮ ਹੈ ਇਹ ਆਟੋਮੈਟਿਕਲੀ ਭਰੀ ਆਏਗੀ ਉੱਥੇ ਸਕੀਮ ਕੀ ਹੈ ਕਿ ਪੋਸਟ ਮੈਟ੍ਰਿਕ ਸਕੀਮ ਇਹ ਵੀ ਭਰਿਆ ਹੋਇਆ ਹੀ ਆਏਗਾ ਕਾਲਮ ਤੁਸੀਂ ਨਹੀਂ ਛੇੜਨੇ ਐਪਲੀਕੇਸ਼ਨ ਰਿਲੇਟਡ ਕੋਰਸ ਕਿਹੜਾ ਹੈ ਕੋਰਸ ਤੁਹਾਡਾ ਸਕੈਂਡਰੀ ਕੋਰਸ ਹੈ ਕਿਉਂਕਿ ਪਲੱਸ 1 ਪਲੱਸ 2 ਦੇ ਸਟੂਡੈਂਟ ਹੋ ਬ੍ਰਾਂਚ ਕਿਹੜੀ ਹੈ ਸਾਇੰਸ ਹੈ ਆਰਟਸ ਹੈ ਆਰਟਸ ਹੈ ਤਾਂ ਉਸ ਤੋਂ ਬਾਅਦ ਤੁਹਾਡੇ ਕੋਲ ਕੋਰਸ ਕਿਹੜਾ ਹੈ ਫਰਸਟイヤー ਜਿਹੜੇ ਪਲੱਸ 1 ਵਾਲੇ ਹੈ ਫਰਸਟイヤー ਤਾਂ ਉਸ ਤੋਂ ਬਾਅਦ ਹੈਗਾ ਅਨਰੋਲਮੈਂਟ ਡੇਟ ਹੈ ਕਿਹੜੀ ਡੇਟ ਨੂੰ ਤੁਸੀਂ ਅਨਰੋਲਡ ਹੋਏਗਾ ਡੇਟ ਮੰਥ ਈਅਰ ਦੋ ਦੋ ਅੱਖਰ ਹੋਣੇ ਡੇਟ ਦਾ ਮਤਲਬ ਡੀ ਡੀ ਦਾ ਮਤਲਬ ਦੋ ਅੱਖਰ ਪਾਉਣੇ ਆ ਵੀ ਕਿ ਮੰਨ ਲਓ ਦੋ ਤਰੀਕ ਹੈ ਤੇ ਦੂਏ ਨਾਲ ਨਹੀਂ ਚੱਲਣਾ ਕੰਮ 02 ਪਾਉਣਾ ਪੈਗਾ ਮੰਥ ਅਗਰ 5 ਹੈਗਾ 05 ਪਾਉਣਾ ਪਊ ਮਤਲਬ ਇੱਥੇ ਸਾਲ ਆ ਜਿਹੜਾ ਉਹ ਪੂਰੀ ਪੂਰੇ ਦਾ ਪੂਰਾ ਪਾਉਣਾ ਪਊਗਾ ਮਤਲਬ 2020 ਆ ਤਾਂ 20 ਨਾਲ ਨਹੀਂ ਸਰਨਾ 2020 ਤਾਂ ਪੂਰਾ ਪਾਉਣਾ ਪਊਗਾ ਐਡਮਿਸ਼ਨ ਡੇਟ ਕੀ ਹੈ ਇੱਥੇ ਤੁਸੀਂ ਭਰ ਦੇਣੀ ਆ ਤੁਸੀਂ ਦੇਖ ਰਹੇ ਹੋ ਡੀ ਡ ਦਾ ਮਤਲਬ ਦੋ ਅੱਖਰ ਪਾਣੇ ਜ਼ਰੂਰੀ ਹੈ ਮੰਥ ਦੋ ਅੱਖਰ ਪਾਣੇ ਜ਼ਰੂਰੀ ਹੈ YY YY ਚਾਰ ਵਾਰੀ Y ਹੈ ਤਾਂ ਮਤਲਬ ਚਾਰ ਅੱਖਰ ਹੋਣੇ ਜ਼ਰੂਰੀ ਹੈ ਕਿਹੜੇ ਬੋਰਡ ਤੋਂ ਤੁਸੀਂ ਪੜ ਰਹੇ ਹੋ ਮੰਨ ਲਓ ਰੋਲ ਨੰਬਰ ਕੀ ਹੈ ਤੁਹਾਡਾ ਬੋਰਡ ਯੂਨੀਵਰਸਿਟੀ ਮਤਲਬ ਸਕੂਲ ਹੈ ਤਾਂ ਕਲਾਸ ਦਾ ਜੋ ਵੀ ਰੋਲ ਨੰਬਰ ਹੈਗਾ ਸਿੰਗਲ ਡਿਜੀਟ ਹੈ 2 ਡਿਜੀਟ ਹੈ ਇਹ ਤੁਸੀਂ ਰੋਲ ਨੰਬਰ 1 2 ਤੁਹਾਨੂੰ ਸਕੂਲੋਂ ਹੀ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡਾ ਰੋਲ ਨੰਬਰ ਕੀ ਹੈ ਕੈਟਾਗਰੀ ਕਿਹੜੀ ਹੈਗੀ ਹੈ ਜੇ ਇਹਨਾਂ ਚ ਤੁਸੀਂ ਕੈਟਾਗਰੀ ਚ ਵੀ ਕਿਸੇ ਚਾਉਂਦੇ ਆ ਤਾਂ ਤੁਸੀਂ ਉਹਨੂੰ ਵੀ ਨਾਲ ਚੂਜ਼ ਕਰ ਦੇਣਾ ਅਦਰਵਾਈਜ਼ ਇਹ ਮੰਡੈਟਰੀ ਨਹੀਂ ਹੈਗੀ ਜ਼ਰੂਰੀ ਨਹੀਂ ਹੈ ਤੁਸੀਂ ਭਰਨੀ ਇਹ ਠੀਕ ਹੈ ਉਸ ਤੋਂ ਬਾਅਦ ਹੈਗੀ ਡਿਟੇਲ ਆਫ ਲਾਸਟ ਐਗਜ਼ਾਮ ਹੈ ਸਾਰਿਆਂ ਨੇ 10ਵੀਂ ਦਾ ਪੇਪਰ ਦਿੱਤੇ ਆ ਜਿਸ ਨੇ 11ਵੀਂ ਦਾ 12ਵੀਂ ਦਾ ਭਰਨਾ ਉਹਨੇ 11ਵੀਂ ਦੀ ਡਿਟੇਲ ਇੱਥੇ ਭਰਨੀ ਹੈ ਇੱਕ ਪ੍ਰੋਬਲਮ ਜਿਹੜੀ ਆਊਗੀ ਹੁਣ ਪ੍ਰਸ਼ਨ ਉਠਣਗੇ ਵੀ 10ਵੀਂ ਦੇ ਅਸੀਂ ਨੰਬਰ ਕਿੰਨੇ ਭਰੀਏ ਕਿਉਂਕਿ 11ਵੀਂ ਚ ਸਟੂਡੈਂਟ ਹੋਏ ਆ ਨੰਬਰ ਉਹਨਾਂ ਦਾ ਸਾਰਿਆਂ ਦਾ ਰਿਜ਼ਲਟ ਪਾਸ ਚ ਆਇਆ ਤਾਂ ਇਹ ਹਜੇ ਤੱਕ ਆਪਾਂ ਕਹਿ ਸਕਦੇ ਪਰਸੈਂਟੇਜ ਭਰਨੀ ਹੈ ਲੇਕਿਨ ਮੈਂ 100 ਭਰ ਕੇ ਦੇਖੀ ਸੀ 100 ਨੂੰ ਉਹ ਉਹਨੇ ਨਹੀਂ ਚੱਕਿਆ ਠੀਕ ਹੈ ਤਾਂ ਮੈਂ ਤੁਹਾਨੂੰ ਇਹਨਾਂ ਜ਼ਰੂਰ ਕਹੂੰਗਾ ਇੱਥੇ ਜਿਹੜੀ ਵੀ ਪਰਸੈਂਟੇਜ ਹੈ ਉਹ ਜਦੋਂ ਵੀ ਡਿਕਲੇਅਰ ਹੋ ਗਈ ਕੋਈ ਤਾਂ ਵੈਸੇ 90 95 ਜੋ ਤੁਹਾਡਾ ਗ੍ਰੇਡ ਆਇਆ ਉਹਦੇ ਮੁਤਾਬਕ ਤੁਸੀਂ ਪਰਸੈਂਟੇਜ ਬਣਾ ਲੈਣੀ ਹੈ ਇਸੇ ਤਰ੍ਹਾਂ ਹੀ ਤੁਹਾਡੇ ਕੋਲ ਆ ਗਿਆ ਅੱਗੇ ਪ੍ਰੋਮੋਟਡ ਟੂ ਕਰੰਟ ਕਲਾਸ ਐਸ ਤੇ ਨੋ ਆਉਣਾ ਤੁਸੀਂ ਯੈਸ ਕਰ ਦੇਣਾ ਵੀ ਹਾਂ ਪ੍ਰੋਮੋਟ ਹੋਏ ਆ ਅਗਲੀ ਕਲਾਸ ਚ 10th ਕਲਾਸ ਜੀ ਤੋਂ ਡਿਟੇਲ ਭਰਤੀ ਐਲੀਜੀਬਿਲਟੀ ਰਿਲੇਟਡ ਹੈਗਾ ਐਲੀਜੀਬਿਲਟੀ ਰਿਲੇਟਡ ਤੁਸੀਂ ਗਵਰਨਮੈਂਟ ਇੰਸਟੀਚਿਊਟ ਹੈ ਕਿਹੜੀ ਹੈ ਇਹ ਤੁਸੀਂ ਇੱਥੇ ਡੇ ਸਕਾਲਰ ਮੋਸਟਲੀ ਸਾਰੇ ਸਰਕਾਰੀ ਸਕੂਲ ਹੈ ਜਿਨ੍ਹਾਂ ਦੇ ਤਾਂ ਕੋਈ ਹੋਸਟਲ ਚ ਰਹਿ ਰਹੇ ਆ ਖਾਸ ਕਰਕੇ ਜਿਵੇਂ ਕੋਈ ਸਕੂਲ ਮੰਨ ਲਓ ਹੋਸਟਲ ਹੈ ਜਿੱਥੇ ਬੱਚੇ ਹੋਸਟਲ ਫੈਸਿਲਿਟੀ ਵੀ ਪ੍ਰੋਵਾਈਡ ਕਰਦੇ ਜਿਆਦਾਤਰ ਪ੍ਰਾਈਵੇਟ ਸਕੂਲਸ ਦੇ ਵਿੱਚ ਹੈਗੇ ਲੇਕਿਨ ਕੁਝ ਸਰਕਾਰੀ ਸਕੂਲ ਵੀ ਹੈਗੇ ਜਿੱਥੇ ਹੋਸਟਲ ਬਣੇ ਹੋਏ ਆ ਤੋ ਹੋਸਟਲ ਚੂਜ਼ ਕਰਨਗੇ ਮੀਨ ਜੇ ਕੋਈ ਸਟੂਡੈਂਟ ਹੋਸਟਲ ਚ ਰਹਿੰਦਾ ਤਾਂ ਠੀਕ ਹੈ ਆਦਰਵਾਇਜ਼ ਉਹਨੇ ਡੇ ਸਕਾਲਰ ਚੂਜ਼ ਕਰਨਾ ਇੱਥੇ ਧਿਆਨ ਦਿਓ ਤੁਸੀਂ ਕਾਸਟ ਸਰਟੀਫਿਕੇਟ ਜ਼ਰੂਰੀ ਹੈ ਦਾ ਮਤਲਬ ਜੇ ਨੰਬਰ ਕਾਸਟ ਸਰਟੀਫਿਕੇਟ ਹੋਗਾ ਤਾਂ ਹੀ ਨੰਬਰ ਪਰ ਹੋਗੇ ਕਾਸਟ ਸਰਟੀਫਿਕੇਟ ਕਿੰਨੇ ਇਸ਼ੂ ਕੀਤਾ ਕੀਤਾ ਮਾਨਯੋਗ ਐਸਡੀਐਮ ਸਾਹਿਬ ਨੇ ਕੀਤਾ ਤਹਿਸੀਲਦਾਰ ਸਾਹਿਬ ਨੇ ਕੀਤਾ ਕਿੰਨੇ ਕੀਤਾ ਉਹ ਤੁਸੀਂ ਇੱਥੇ ਮੈਂਸ਼ਨ ਕਰਨਾ ਹੋਊਗਾ ਉਹ ਤੁਹਾਡੇ ਡਾਕੂਮੈਂਟ ਦੇ ਅਕੋਰਡਿੰਗ ਹੋਊਗਾ ਐਨੂਅਲ ਇਨਕਮ ਇਨਕਮ ਸਰਟੀਫਿਕੇਟ ਇਹਦਾ ਮਤਲਬ ਹੋਣਾ ਜ਼ਰੂਰੀ ਹੈ ਜਿੰਦੇ ਕੋਲ ਇਨਕਮ ਸਰਟੀਫਿਕੇਟ ਹੈ ਨਹੀਂ ਜਿੰਦੇ ਕੋਲ ਕੈਟਾਗਰੀ ਸਰਟੀਫਿਕੇਟ ਹੈ ਨਹੀਂ ਉਹ ਸਟੂਡੈਂਟ ਇੱਥੇ ਅਪਲਾਈ ਨਹੀਂ ਕਰ ਸਕਦਾ ਇਟ ਮੀਨਸ ਇਹ ਜਿਵੇਂ ਤੁਹਾਨੂੰ ਸ਼ੁਰੂ ਤੋਂ ਹੀ ਕਹਿ ਰਹੇ ਆ ਤੁਹਾਡੇ ਟੀਚਰ ਸਾਰੇ ਕਿ ਹਰ ਹਾਲਤ ਦੇ ਵਿੱਚ ਤੁਹਾਡੇ ਕੋਲ ਇਹ ਹੋਣੇ ਜ਼ਰੂਰੀ ਹੈ অতি ਜ਼ਰੂਰੀ ਹੈ ਇਨਕਮ ਸਰਟੀਫਿਕੇਟ ਤੇ ਨਾਲ ਹੀ ਤੁਹਾਡੇ ਕੋਲ ਕਾਸਟ ਸਰਟੀਫਿਕੇਟ ਅਗਰ ਨਹੀਂ ਹੈਗਾ ਤਾਂ ਤੁਸੀਂ ਇਹ ਜਿਹੜੀ ਹੈ ਸਕਾਲਰਸ਼ਿਪ ਅਪਲਾਈ ਨਹੀਂ ਕਰ ਸਕਦੇ ਇਹ ਤੁਹਾਨੂੰ ਧਿਆਨ ਚਾਅ ਗਿਆ ਹੋਵੇਗਾ ਮੈਂ ਕੀ ਕਹਿਣਾ ਚਾਹਣਾ ਟੀਚਰ ਸਾਹਿਬਾਨ ਵੀ ਇਸ ਗੱਲ ਨੂੰ ਧਿਆਨ ਨਾਲ ਸੁਣ ਜਾਂ ਜਿਹੜੇ ਵੀ ਹਾਇਰ ਅਥਾਰਟੀ ਉਹ ਇਸ ਗੱਲ ਨੂੰ ਯਕੀਨੀ ਬਣਾ ਲੈਣ ਕਿ ਪਹਿਲੀ ਪਹਿਲੀ ਗੱਲ ਸਾਰੇ ਬੱਚਿਆਂ ਕੋਲ ਇਹ ਸਰਟੀਫਿਕੇਟ ਫਾਰ ਦਾ ਟਾਈਮ ਬਿੰਗ ਜੋ ਇਹ ਇਹ ਪਰਫਾਰਮਾ ਕਹਿ ਰਿਹਾ ਐਪਲੀਕੇਸ਼ਨ ਹਾਂ ਬਾਅਦ ਦੇ ਵਿੱਚ ਕੋਈ ਇਨਸਟਰਕਸ਼ਨਸ ਆ ਜਾਂਦੀਆਂ ਤਾਂ ਗਾਈਡਲਾਈਨ ਆ ਜਾਂਦੀਆਂ ਫਿਰ ਵੱਖਰੀ ਗੱਲ ਹੈ ਫਾਰ ਦਾ ਟਾਈਮ ਬਿੰਗ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਉਹ ਇਹੀ ਹੈ ਤੁਹਾਡੇ ਕੋਲੇ ਹੋਣਾ ਮੰਡੇਟਰੀ ਹੈ ਜ਼ਰੂਰੀ ਹੈ ਉਸ ਤੋਂ ਬਾਅਦ ਬੈਂਕ ਡਿਟੇਲ ਹੈਗੀ ਆਈ ਐਫ ਸੀ ਕੋਡ ਹੈ ਜਿਹੜਾ ਤੁਸੀਂ ਭਰੋਗੇ ਮੂੰਹ ਜਬਾਨੀ ਅਗਰ ਯਾਦ ਹੈ ਕਿਸੇ ਨੂੰ ਸਪੋਸ ਕਰ ਲਓ ਮੈਨੂੰ ਯਾਦ ਹੈ ਐਸ ਬੀ ਆਈ ਐਨ 300 3193 ਮੰਨ ਲਓ ਅਵਲ ਖਰਾਣਾ SBI ਦਾ ਹੈਗਾ ਆਪੇ ਚੱਕ ਲੇਗਾ ਫਿਰ ਉਹ ਡਿਟੇਲ ਹੈ ਜਿਹੜੀ ਅੱਗੋਂ ਬੈਂਕ ਦੀ ਅਗਰ ਗਲਤ ਹੈਗਾ ਤਾਂ ਫਿਰ ਉਹ ਨਹੀਂ ਚੱਕੇਗਾ ਉਹ ਮੈਂਸ਼ਨ ਕਰ ਦੇਗਾ ਵੀ ਜਿਹੜੀ ਤੁਸੀਂ ਡਿਟੇਲ ਭਰੀ ਹੈ ਉਹ ਗਲਤ ਹੈ ਅਦਰਵਾਈਜ਼ ਤੁਸੀਂ ਕਿਉਂਕਿ ਇਹ ਸਹੀ ਹੈਗਾ SBI N 00 3193 ਉਸ ਤੋਂ ਬਾਅਦ ਤੁਸੀਂ ਅਕਾਊਂਟ ਨੰਬਰ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਇੱਥੇ ਅਕਾਊਂਟ ਨੰਬਰ ਭਰ ਦੇਣਾ ਉਸ ਤੋਂ ਬਾਅਦ ਤੁਸੀਂ ਲਾਸਟ ਤੇ ਕੀ ਕਰੋਗੇ ਜਦ ਸਾਰੇ ਕਾਲਮ ਤੁਸੀਂ ਕਰ ਲਏ ਇੱਥੇ ਇੱਕ ਚੈੱਕ ਬਾਕਸ ਬਣਿਆ ਨੂੰ ਟਿਕ ਕਰਨਾ ਜ਼ਰੂਰੀ ਹੈ ਹੁਣ ਮੈਂ ਡਾਟਾ ਨਹੀਂ ਭਰਿਆ ਮੈਨੂੰ ਉਹ ਜਵਾਬ ਦੇ ਦੇਗਾ ਨਹੀਂ ਕਰੇਗਾ ਰਜਿਸਟਰਡ ਜਿਹੜੇ ਮੰਡੇਟਰੀ ਕਾਲਮ ਮੈਂ ਨਹੀਂ ਭਰੇ ਹੋਏ ਬੈਂਕ ਅਕਾਊਂਟ ਮੈਂ ਨਹੀਂ ਭਰਿਆ ਕੁਝ ਨਹੀਂ ਭਰਿਆ ਤੇ ਮੈਂ ਤੁਹਾਡੇ ਤੇ ਛੱਡਦਾ ਤੁਸੀਂ ਇਹ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਤੁਸੀਂ ਭਰ ਲੈਣੀਆਂ ਮੈਂ ਇਸ ਐਪਲੀਕੇਸ਼ਨ ਨੂੰ ਇਨਕੰਪਲੀਟ ਹੀ ਛੱਡ ਦਿਆਂਗਾ ਨੈਚੁਰਲੀ ਗੱਲ ਹੈ ਲੇਕਿਨ ਫਾਈਨਲੀ ਤੁਹਾਨੂੰ ਦੱਸ ਦਿੰਨਾ ਤੁਸੀਂ ਜਦੋਂ ਇਹ ਸਾਰਾ ਕਾਲਮ ਪੂਰੇ ਕਰ ਲੋਗੇ ਤਾਂ ਤੁਸੀਂ ਕਰੋਗੇ ਰਜਿਸਟਰਡ ਸਕਾਲਰਸ਼ਿਪ ਐਪਲੀਕੇਸ਼ਨ ਫਾਰਮ ਮੈਂ ਜਦੋਂ ਕਲਿੱਕ ਕੀਤਾ ਉਕੇ ਮੇਰਾ ਫਾਰਮ ਸਾਰਾ ਅਧੂਰਾ ਹੈਗਾ ਮੈਨੂੰ ਕੋਰਾ ਜਵਾਬ ਮਿਲ ਜੇਗਾ ਪਲੀਜ਼ ਐਂਟਰਨ ਰੋਲਮੈਂਟ ਡੇਟ ਇਹਨੂੰ ਭਰ ਦੂੰਗਾ ਮੈਂ ਤੇ ਅਗਲੀ ਆਬਜੈਕਸ਼ਨ ਆ ਜੇਗੀ ਤਾਂ ਇਸ ਤਰੀਕੇ ਨਾਲ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਹਾਂ ਮੈਂ ਇਹਨਾਂ ਜ਼ਰੂਰ ਕਹੂੰਗਾ ਸਬਮਿਟ ਨਹੀਂ ਕਰਨਾ ਕਿਸੇ ਨੇ ਵੀ ਇੱਕ ਵਾਰੀ ਸੇਵ ਕਰ ਲੈਣਾ ਉਸ ਤੋਂ ਬਾਅਦ ਤੁਹਾਡੇ ਕੋਲ ਅਗਰ ਕੋਈ ਡਾਟਾ ਸਹੀ ਵੀ ਤੁਹਾਨੂੰ ਕਰਨਾ ਪੈਂਦਾ ਤਾਂ ਇੱਕ ਐਡਿਟ ਪ੍ਰੋਫਾਈਲ ਦਾ ਤੁਹਾਡੇ ਕੋਲ ਲਿੰਕ ਹੋਏਗਾ ਉੱਥੋਂ ਤੁਸੀਂ ਐਡਿਟ ਜਿਵੇਂ ਨੀਤੇ ਲਿਖਿਆ ਐਡਿਟ ਪਰਸਨਲ ਡਿਟੇਲ ਹੈ ਠੀਕ ਹੈ ਐਡਿਟ ਲੋਕ ਪ੍ਰਿੰਟ ਇਹ অপਸ਼ਨ ਤੁਹਾਡੇ ਕੋਲ ਆ ਜੇਗੀ ਇਹਨੂੰ ਤੁਸੀਂ ਐਡਿਟ ਕਰ ਸਕਦੇ ਆਂ ਆਪਣੀ ਜਿਵੇਂ ਇੱਥੇ ਤੁਸੀਂ ਦੇਖ ਰਹੇ ਹੋ ਐਡਿਟ ਲੋਕ ਪ੍ਰਿੰਟ ਇੱਥੇ ਤੁਸੀਂ ਲੋਕ ਕਰ ਸਕਦੇ ਹੋ ਐਡਿਟ ਕਰ ਸਕਦੇ ਹੋ ਤੇ ਪ੍ਰਿੰਟ ਆਊਟ ਵੀ ਲੈ ਸਕਦੇ ਹੋ ਲੇਕਿਨ ਲੋਕ ਵਾਲੀ ਐਫਆਰ ਦਾ ਟਾਈਮ ਬਿੰਗ ਲੋਕ ਵਾਲੀ ਤੋਂ ਬਚ ਕੇ ਰਹਿਣਾ ਇੱਕ ਵਾਰੀ ਲੋਕ ਨਹੀਂ ਕਰਾਉਣਾ ਅਗਰ ਤੁਸੀਂ ਫੁੱਲੀ ਕੰਫੀਡੈਂਟ ਹੈਗੇ ਹੋ ਤਾਂ ਤੁਹਾਡਾ ਸਾਰਾ ਡਾਟਾ ਸਹੀ ਹੈਗਾ ਤਾਂ ਤੁਸੀਂ ਲੌਕ ਕਰ ਦੇਣਾ ਜਦੋਂ ਤੁਸੀਂ ਲੌਕ ਕਰੋਗੇ ਫਿਰ ਉਹ ਤੁਹਾਡੀ ਐਪਲੀਕੇਸ਼ਨ ਸਕੂਲ ਵਿੱਚ ਆ ਜਾਏਗੀ ਸਕੂਲ ਨੂੰ ਚੈੱਕ ਕਰੇਗਾ ਵੈਰੀਫਾਈ ਕਰੇਗਾ ਫੀਸ ਡਿਟੇਲ ਹੈ ਜਿਹੜੀ ਭਰੇਗਾ ਉਹ ਸਕੂਲ ਦਾ ਕੰਮ ਹੈ ਤੁਹਾਡਾ ਹੁੰਦੇ ਨਾਲ ਕੋਈ ਲਿੰਕ ਨਹੀਂਗਾ ਤਾਂ ਇੱਥੋਂ ਤੱਕ ਮੈਂ ਉਮੀਦ ਕਰਦਾ ਹਾਂ ਸਟੂਡੈਂਟਸ ਤੁਸੀਂ ਜਿਹੜਾ ਹੈਗਾ ਚੰਗੀ ਤਰ੍ਹਾਂ ਨੂੰ ਸਿੱਖ ਲਿਆ ਹੈਗਾ ਅੱਗੇ ਆਊਗਾ ਵੀ ਤੁਸੀਂ ਅੰਡਰਟੇਕਿੰਗ ਐ ਸਾਈਡ ਤੇ ਲਿਖਿਆ ਡਾਊਨਲੋਡ ਐਂਡ ਅਪਲੋਡ ਅੰਡਰਟੇਕਿੰਗ ਹੁਣ ਕਈ ਕਹਿਣਗੇ ਦੇਖੋ ਜੀ ਇਹਨਾਂ ਨੇ ਲਿਖਿਆ ਤਾਂ ਹੈ ਨਹੀਂਗਾ ਇਨਕਮ ਸਰਟੀਫਿਕੇਟ ਚਾਹੀਦਾ ਵੀ ਜ਼ਰੂਰੀ ਨਹੀਂ ਹੈਗਾ ਤਾਂ ਤੁਸੀਂ ਖੁਦ ਦੇਖ ਲਿਆ ਕਰੋ ਇਨਕਮ ਸਰਟੀਫਿਕੇਟ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਨੰਬਰ ਕਿਵੇਂ ਭਰੋਗੇ ਇਹਦਾ ਮਤਲਬ ਇੱਥੇ ਚਾਹੇ ਅਪਲੋਡ ਕਰਨਾ ਉਹਨੇ ਹੋ ਸਕਦਾ ਮੈਂਸ਼ਨ ਕਰਤਾ ਪਰ ਉਹ ਵੀ ਤੁਹਾਨੂੰ ਕਰਨਾ ਪਊਗਾ ਇਹ ਤੁਸੀਂ ਆਪਦੇ ਨਾਲ ਲੈ ਕੇ ਜਾਣੇ ਆ ਸੋ ਸਭ ਤੋਂ ਪਹਿਲੇ ਜ਼ਰੂਰੀ ਹੈ ਤੁਹਾਡੇ ਕੋਲ ਇਨਕਮ ਸਰਟੀਫਿਕੇਟ ਤੇ ਕਾਸਟ ਸਰਟੀਫਿਕੇਟ ਦਾ ਹੋਣਾ ਅਗਰ ਉਹ ਨਹੀਂ ਹੈਗਾ ਫਾਰ ਦਾ ਟਾਈਮ ਬਿੰਗ ਮੈਂ ਫੇਰ ਕਹਿ ਰਿਹਾ ਹਾਂ ਹੁਣ ਤੱਕ ਦੀਆਂ ਸਰਕਾਰੀ ਇਨਸਟਰਕਸ਼ਨਸ ਦੇ ਮੁਤਾਬਕ ਫਾਰਮ ਦੇ ਮੁਤਾਬਕ ਤੁਹਾਡੇ ਲਈ ਇਹ ਜ਼ਰੂਰੀ ਹੈ ਬਾਅਦ ਦੇ ਵਿੱਚ ਕੋਈ ਲੈਟਰ ਆਉਣ ਇਹ ਇਨਸਟਰਕਸ਼ਨ ਆ ਜਾਂਦੀਆਂ ਤਾਂ ਫਿਰ ਉਹ ਇੱਕ ਅਲੱਗ ਇਸ਼ੂ ਹੈਗਾ ਮੈਂ ਉਮੀਦ ਕਰਦਾ ਹਾਂ ਤੁਸੀਂ ਇਸ ਵੀਡੀਓ ਤੋਂ ਬਹੁਤ ਕੁਝ ਸਿੱਖੋਗੇ ਨਾਲ ਦੀ ਨਾਲ ਸਿੱਖਣ ਤੋਂ ਬਾਅਦ ਆਪਣੇ ਆਪਣਾ ਫਾਰਮ ਹੈ ਜਿਹੜਾ ਤੁਸੀਂ ਖੁਦ ਟਰਾਈ ਕਰੋਗੇ ਸਟੂਡੈਂਟਸ ਅਗਰ ਨਹੀਂ ਵੀ ਕਰ ਸਕਦੇ ਤਾਂ ਤੁਹਾਡੇ ਟੀਚਰ ਜਿਹੜਾ ਉਹਨਾਂ ਲਈ ਇਹ ਵੀਡੀਓ ਜਿਹੜੀ ਸਾਰਿਆਂ ਲਈ ਬਹੁਤ ਹੈਲਪਫੁਲ ਹੋਏਗੀ ਮੈਂ ਉਮੀਦ ਕਰਦਾ ਹਾਂ ਸਾਰੇ ਦੇ ਸਾਰੇ ਵਿਦਿਆਰਥੀ ਇਸ ਵੀਡੀਓ ਨੂੰ ਦੇਖਣਗੇ ਤੇ ਅੱਗੇ ਹੋਰ ਸਟੂਡੈਂਟਸ ਤੱਕ ਵੀ ਇਹਨੂੰ ਜ਼ਰੂਰ ਪਹੁੰਚਾਉਣਗੇ ਮੈਂ ਗੁਰਲਾਲ ਸਿੰਘ ਲੈਕਚਰਰ ਫਿਜ਼ਿਕਸ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਬਲੁਖਰਾਨਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਇਸ ਵੀਡੀਓ ਨੂੰ ਦੇਖਣ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦਾ ਤੇ ਉਮੀਦ ਕਰਦਾ ਹਾਂ ਇਸ ਵੀਡੀਓ ਨੂੰ ਤੁਸੀਂ ਖੁਦ ਵੀ ਦੇਖੋਗੇ ਇਹਦਾ ਫਾਇਦਾ ਉਠਾਓਗੇ ਤੇ ਅੱਗੇ ਹੋਰ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਸ਼ੇਅਰ ਕਰੋਗੇ ਤਾਂ ਕਿ ਹਰ ਇੱਕ ਵਿਦਿਆਰਥੀ ਇਸ ਵੀਡੀਓ ਦਾ ਫਾਇਦਾ ਉਠਾ ਸਕੇ ਤਾਂ ਸੈਕੰਡ ਜਿਹੜਾ ਮੇਰੀ ਇੱਕ ਵੀਡੀਓ ਜਿਹੜੀ ਆਏਗੀ ਉਹ ਇੰਸਟੀਚਿਊਟ ਲੈਵਲ ਤੇ ਨੋਡਲ ਫੀਸਰ ਜਿਹੜੇ ਅਪੁਆਇੰਟ ਕੀਤੇ ਗਏ ਆ ਉਹਨਾਂ ਨੇ ਕਿਸ ਤਰ੍ਹਾਂ ਕੰਮ ਕਰਨਾ ਹੈ ਉਹਨਾਂ ਨੇ ਵੀ ਹੁਣੇ ਸ਼ੁਰੂ ਕਰਨਾ ਪੈਣਾ ਉਹਨਾਂ ਨੂੰ ਕੰਮ ਕਿਉਂਕਿ ਉਹਨਾਂ ਨੇ ਵੀ ਰਜਿਸਟਰਡ ਕਰਾਉਣੇ ਆਪਦੇ ਕੋਰਸ ਤੇ ਫੀਸਾਂ ਅਪਰੂਵ ਕਰਾਉਣੀਆਂ ਉਹ ਵੀਡੀਓ ਮੈਂ 1-2 ਦਿਨ ਦੇ ਵਿੱਚ ਜਲਦੀ ਹੀ ਤੁਹਾਡੇ ਕੋਲ ਲੈ ਕੇ ਹਾਜ਼ਰ ਹੋਵਾਂਗਾ ਥੈਂਕ ਯੂ ਵੈਰੀ ਮਚ ਆਲ ਆਫ ਯੂ ਸੋ ਨਾਈਸ ਆਫ ਯੂ